ਇਹ ਉਸ ਦੀ ਸਟੋਰੀ ਟੇਲ ਜਿਹੜੀ ਹੈ ਉਹਨੂੰ ਸਕਲਪਚਰ ਕੀਤਾ ਹੋਇਆ ਇਸ ਜਗ੍ਹਾ ਦੇ ਉੱਤੇ ਜਿਹੜਾ ਸੀ ਇਹ ਸ਼ਹੀਦੀਆਂ ਹੋਈਆਂ ਇਸੇ ਦਰਖਤ ਦੇ ਥੱਲੇ ਮੈਂ ਇਹਨਾਂ ਦਾ ਸਾਰਾ ਟੈਕਸਟ ਜਿਹੜਾ ਉਹ ਨਾਲ ਲਾ ਦਿਆਂਗਾ ਤਾਂ ਕਿ ਕੋਈ ਗਲਤੀ ਦੀ ਗੁੰਜਾਇਸ਼ ਨਾ ਰਹੇ ਇਹ ਗ੍ਰੰਥ ਸਾਹਿਬ ਦਾ ਉਰਦੂ ਦੇ ਵਿੱਚ ਜਿਹੜੀ ਟੈਕਸਟ ਹੈ ਉਹ ਹੈ ਗੁਰੂ ਕੇ ਬਾਣੇ ਜੋ ਚਲੇ ਦੁੱਖ ਨਾ ਪਾਵੇ وہ جو انسان خدا کی رضا و حکم میں چلتا ہے اپنی زندگی بسر کرتا ہے وہ دکھوں تکلیفوں سے بچا رہتا ہے اور اگر یہ دیکھا جائے تو ہر مذہب دا ہی جڑا ہے پرچار ہی ہے کہ رب دے کہن دے تے جڑا بندہ چلتا ہے وہ کدی بھی خطا نہیں کھاندا ਮਿਰ ਤੱਕ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ ਐ ਨਾਨਕ ਇਸ ਇਨਸਾਨ ਕੋ ਮਰਾ ਹੁਆ ਸਮਝੋ ਜਿਸ ਕੇ ਦਿਲ ਮੇਂ ਅੱਲਾਹ ਤਾਲਾ ਕੇ ਲੀਏ ਪਿਆਰ ਨਾ ਹੋ ਬਹੁਤ ਖੂਬ ਜੀ ਇਹ ਗੁਰਦੁਆਰੇ ਦੇ ਬਿਲਕੁਲ ਬਰਾਂਡੇ ਦੇ ਚਾਰੋਂ ਪਾਸੇ ਲਿਖਿਆ ਇਹ ਪਾਲਕੀ ਸਾਹਿਬ ਹੈ ਇਹ ਉਹੀ ਪਾਲਕੀ ਹੈ ਜਿਹੜੀ ਇੰਡੀਆ ਦਿੱਲੀ ਤੋਂ ਆਈ ਸੀ ਜੀ ਇਹ ਉਹ ਪਾਲਕੀ ਹੈ ਜਿਹੜੀ ਕਿ ਸਿੱਖ ਸੰਗਤ ਦਿੱਲੀ ਵਾਲੀ ਜਿਹੜੀ ਸੰਗਤ ਹੈ ਉਹਨਾਂ ਨੇ ਸੰਪਾਦਨ ਕੀਤੀ ਸੀ ਇੱਥੇ ਖਾਲਿਸ ਗੋਲਡ ਦੀ ਬਣੀ ਹੋਈ ਜਿਹੜੇ ਸ਼ਹੀਦ ਸਨ ਇੱਥੇ ਦੇ ਉਹਨਾਂ ਦੀ ਯਾਦ ਵਿੱਚ ਇਹ ਉਹ ਪਾਲਕੀ ਸਾਹਿਬ ਹੈ ਜਿਹੜੀ ਕਿ ਸਿੱਖ ਸੰਗਤ ਨੇ ਦਿੱਲੀ ਤੋਂ ਭੇਜੀ ਹੈ ਕਿਹਾ ਜਾਂਦਾ ਹੈ ਕਿ ਖਾਲਿਸ ਗੋਲਡ ਦੀ ਬਣੀ ਹੋਈ ਹੈ ਇਹ ਪਾਲਕੀ ਸਾਹਿਬ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸਿਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ ਇਹ ਹੈ ਮੇਰਾ ਪਾਕਿਸਤਾਨ ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਪਿਸ਼ਾਵਰੀ ਸਿੰਘ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਗੁਰਦੁਆਰਾ ਸ੍ਰੀ ਜਨਮ ਅਸਥਾਨ